ਹੋਰ ਗੰਭੀਰ ਮਸਲਾ ਹੈ ਪੰਜਾਬ ਦਾ ਔਰ ਡਰੱਗ ਮਾਫੀਆ ਇਹਦਾ ਜਿਹੜਾ ਮਸਲਾ ਹੈ ਕਿ ਪੰਜਾਬ ਦੇ ਵਿੱਚ ਡਰੱਗ ਦਾ ਜਿਹੜਾ ਕਾਰੋਬਾਰ ਹੈ ਉਹ ਗੈਰ ਕਾਨੂੰਨੀ ਤਰੀਕੇ ਨਾਲ ਜਿਵੇਂ ਪੰਜਾਬ ਦੀ ਜਵਾਨੀ ਨੂੰ ਰੋਲ ਰਿਹਾ ਇਸ ਦੇ ਉੱਤੇ ਹੁਣ ਜਦੋਂ ਜੱਜ ਜਾਂ ਅਦਾਲਤਾਂ ਦੇ ਵਿੱਚ ਇਹ ਆਜੇ ਕਿਸ ਮਸਲੇ ਤੇ ਸੁਣਵਾਈ ਹੋ ਨਹੀਂ ਸਕਦੀ ਖਾਸ ਕਰਕੇ 6000 ਕਰੋੜ ਵਾਲੇ ਉਸ ਮਸਲੇ ਦੇ ਵਿੱਚ ਇਸ ਦੀ ਵਜ੍ਹਾ ਕੀ ਮੰਨੀ ਗਈ ਹੈ ਔਰ ਮੰਨਣਾ ਕੀ ਚਾਹੀਦਾ ਇਸ ਤੇ ਹੋਣਾ ਕੀ ਚਾਹੀਦਾ ਦੇਖੋ ਸੰਦੀਪ ਅਗਰ ਅਦਾਲਤਾਂ ਇਹ ਕਹਿਣ ਕਿ ਅਸੀਂ ਇਸ ਮਸਲੇ ਤੋਂ ਪਾਸਾ ਵਟਣਾ ਚਾਹੁੰਦੇ ਆ ਤੇ ਫਿਰ ਤੇ ਮਾੜੀ ਗੱਲ ਹੈ ਕਿਉਂਕਿ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਵੀ ਜੱਜ ਹੁੰਦਾ ਨਾ ਉਹਦੀ ਜਾਤ ਹੁੰਦੀ ਨਾ ਉਹਦਾ ਧਰਮ ਹੁੰਦਾ ਨਾ ਉਹਦੀ ਰਿਸ਼ਤੇਦਾਰੀ ਹੁੰਦੀ ਨਾ ਉਹਦਾ ਕੋਈ ਸਾਖ ਸਬੰਧੀ ਹੁੰਦਾ ਉਹ ਇੱਕ ਜੱਜ ਹੁੰਦਾ ਹੋਇਆ ਕਿਸੇ ਨਾਜੁਕ ਤੋਂ ਨਾਜੁਕ ਮਸਲੇ ਦੇ ਕਿ ਤੁਹਾਡੇ ਪਰਿਵਾਰ ਦਾ ਕੋਈ ਇਨਵੋਲਵਮੈਂਟ ਹੈ ਬੰਦੇ ਦੀ ਤੁਹਾਡਾ ਕੋਈ ਧੀ ਪੁੱਤਰ ਸਾਖ ਸਬੰਧੀ ਆ ਤੁਸੀਂ ਉਹਦੇ 'ਚ ਆਪਣੇ ਆਪ ਨੂੰ ਕਿਨਾਰਾ ਕਰ ਸਕਦੇ ਹੋ ਕਿਉਂਕਿ ਕੋ ਜੋ ਜੱਜਮੈਂਟ ਦੇਣੀ ਆ ਫੈਸਲਾ ਲਾਉਣਾ ਤੁਹਾਡੇ ਹੱਥ ਵੀ ਕੰਬਦੇ ਨੇ ਲਿਖਣ ਲੱਗਿਆਂ ਤੁਹਾਨੂੰ ਪੈਨ ਵੀ ਰੁਕਦਾ ਪਰ ਇਹ ਜਿਹੜਾ ਮਸਲਾ ਪੰਜਾਬ ਦਾ ਨਸ਼ਿਆਂ ਵਾਲਾ ਮਸਲਾ ਕਿ 6 ਕਰੋੜ ਦਾ ਡਰੱਗਸ ਆ ਪਤਾ ਨਹੀਂ ਉਹ ਅੰਕੜੇ ਕਿੱਥੋਂ ਆ ਗਏ 6000 ਕਰੋੜ ਦੇ ਪੰਜਾਬ ਚ ਕਿੰਨਾ ਕਾਰੋਬਾਰ ਉਸਤੇ ਤੇ ਜਾਂਚ ਨਹੀਂ ਪੁਲਿਸ ਵਾਲੇ ਵੀ ਕਰਦੇ ਹੁੰਦੇ ਨਾ ਜੀ ਜੇ ਫੜਿਆ ਹੈ ਤੇ ਉਹਨੂੰ ਮਾਰਕੀਟ ਦੇ ਸਾਹਮਣੇ ਮਲਟੀਪਲਾਈ ਕਰਦੇ ਤੇ ਜੇ 1 ਕਿਲੋ ਹੀਰੋਨ ਫੜੀ ਆ ਇੰਟਰਨੈਸ਼ਨਲ ਰੇਟ ਫਿਕਸ ਕਰ ਦੋ ਤੇ ਇੰਨੇ ਹਜ਼ਾਰ ਕਰੋੜ ਦੀ ਬਣ ਗਈ ਹੁਣ ਹਾਈ ਕੋਰਟ ਦੇ ਦੋ ਜੱਜਾਂ ਨੇ ਕਹਿਤਾ ਕਿ ਅਸੀਂ ਇਸ ਨੂੰ ਕਿਨਾਰਾ ਕਰ ਰਿਹਾ ਉਹ ਹੁਣ ਸੁਪਰੀਮ ਚੀਫ ਜਸਟਿਸ ਆਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਾਊਗੀ ਉਹ ਉਹਨਾਂ ਕੋਲ ਉਹ ਫਿਰ ਇੱਕ ਹੋਰ ਜੱਜ ਨੂੰ ਕਹਿਣਗੇ ਪਰ ਜੇ ਇਦਾਂ ਹੀ ਚੱਲਦਾ ਰਿਹਾ ਤੇ ਫਿਰ ਕਿਵੇਂ ਕਿਵੇਂ ਤੁਸੀਂ ਨਿਆਂ ਕਿਵੇਂ ਦੇਵੋਗੇ ਤੇ ਐਡਾ ਵੱਡਾ ਇਸ਼ੂ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਮਸਲਾ ਕਿ ਚਲੋ ਚੀਫ ਜਸਟਿਸ ਜਿਹੜੇ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਿਸੇ ਹੋਰ ਜੱਜ ਨੂੰ ਕਹਿ ਦੇਣਗੇ ਉਹ ਜਾਣ ਕਰ ਉਹ ਕਾਰਵਾਈ ਸ਼ੁਰੂ ਕਰ ਦੇਣਗੇ ਕੇਸ ਦੀ ਪਰ ਇਹ ਅਦਾਲਤਾਂ ਨੂੰ ਸੋਚਣਾ ਪਏਗਾ ਕਿ ਇਸ ਤਰ੍ਹਾਂ ਨਹੀਂ ਕਿ ਤੁਸੀਂ ਕਿਨਾਰਾ ਕਰ ਦਿਓ ਨਾ ਕਿ ਜਿਹੜੇ ਦੋ ਅਦਾਲਤਾਂ ਨੇ ਕੀਤਾ ਬੈਂਚ ਨੇ ਕੀਤਾਗਾ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੋ ਸਕਦੀ ਲੇਕਿਨ ਅਦਾਲਤਾਂ ਦੀ ਤਾਂ ਕੋਈ ਮਜਬੂਰੀ ਹੋਣੀ ਨਹੀਂ ਚਾਹੀਦੀ ਅਦਾਲਤਾਂ ਦੇ ਤੇ ਨਿਰਪੱਖ ਹੁੰਦੀਆਂ ਨੇ ਨਿਡਰ ਹੁੰਦੀਆਂ ਨੇ ਉਹਨਾਂ ਨੇ ਤੇ ਇੱਕ ਇਨਸਾਫ ਦੇਣਾ ਹੁੰਦਾ ਤੇ ਇਸੇ ਕਰਕੇ ਹਾਈ ਕੋਰਟ ਦੀ ਜਿਹੜੀ ਮੂਰਤੀ ਬਣੀ ਹੈਗੀ ਉਹਨਾਂ ਦੇ ਹੱਥ ਤੋਂ ਤੱਕੜੀ ਆ ਤੇ ਪਲੱਸ ਪੱਟੀ ਬੰਨੀ ਹੋਈ ਹੈਗੀ ਨਾ ਉਹਦਾ ਤੇ ਸੰਬੋਲਕ ਆ ਸਿੰਬਲ ਉਹਦਾ ਪਰ ਪੰਜਾਬ ਦੇ ਮਸਲੇ ਦੇ ਵਿੱਚ ਜਿਹੜਾ ਨਸ਼ਿਆਂ ਦਾ ਮਸਲਾ ਹੈਗਾ ਨਾ ਜੀ ਤੇ ਤੀਜੀ ਸਰਕਾਰ ਆ ਗਈ ਜੀ ਅਕਾਲੀਆਂ ਵੇਲੇ ਵੀ ਉਦਾਂ ਹੀ ਚੱਲਦਾ ਰਿਹਾ ਕਾਂਗਰਸ ਪਾਰਟੀ ਵੇਲੇ ਵੀ ਨਸ਼ਾ ਉਦਾਂ ਹੀ ਚੱਲਦਾ ਰਿਹਾ ਜੀ ਤੇ ਹੁਣ ਆਮ ਆਦਮੀ ਪਾਰਟੀ ਵੇਲੇ ਵੀ ਨਸ਼ਾ ਉਦਾਂ ਹੀ ਚੱਲਦਾ ਰਿਹਾ ਜਦੋਂ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀ ਤੇ ਕਾਂਗਰਸ ਵਾਲੇ ਵੀ ਤੇ ਆਪ ਵਾਲੇ ਵੀ ਨਿੰਦਦੇ ਰਹੇ ਜੀ ਹਨਾ ਕਿਉਂਕਿ ਇਹਨਾਂ ਦੇ ਓਪੋਜੀਸ਼ਨ 'ਚ ਹੀ ਆਮ ਆਦਮੀ ਪਾਰਟੀ ਇਹਨਾਂ ਕੋ ਗਵਾਉਣ ਵਾਸਤੇ ਕੁਝ ਨਹੀਂ ਸਭ ਕੁਝ ਪਾਉਣਾ ਸੀ ਇਹਨਾਂ ਪਾ ਲਿਆ ਜੀ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆ ਗਈ ヒਰ ਆਮ ਆਦੀ پارٹی ਨੇ ਕਾਂਗਰਸ ਨੂੰ ਭੰਡਣਾ ਸ਼ੁਰੂ ਕਰਦਾ ਮੰਨਿਆ ਕਿ ਉਹਨਾਂ ਦੇ ਟਾਈਮ ਅਗਲਿਆਂ ਦੇ ਪਿਛਲਿਆਂ ਦੇ ਖਿਲਾਫ ਪੰਜਾਬ 'ਚ ਨਸ਼ਾ ਸ਼ੁਰੂ ਹੋਇਆ ਹੈ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਹੈ ਇਹਨਾਂ ਦੇ ਤੇ ਨਵੇਂ ਲੀਡਰ ਨੇ ਨਵੇਂ ਐਮ ਐਲ ਏ ਨੇ ਨਵੇਂ ਮੰਤਰੀ ਨੇ ਇਹਨਾਂ ਦੀਆਂ ਤੇ ਕੋਈ ਸਾਂਝਾ ਨਹੀਂ ਆਗੀਆਂ ਪਰ ਪੰਜਾਬ 'ਚ ਨਸ਼ਾ ਉਦਾਂ ਹੀ ਆ ਪੰਜਾਬ ਦੇ ਜਵਾਨੀ ਉਦਾਂ ਹੀ ਮਰ ਰਹੀ ਹੈ ਉਹ ਕਿੱਥੋਂ ਨਿਸ਼ਾ ਆ ਰਿਹਾ ਉਹ ਹੁਣ ਜਵਾਬ ਦੇਣ ਪੰਜਾਬ ਸਰਕਾਰ ਆਮ ਆਦੀ ਪਾਰਟੀ ਦੇ ਐਮ ਐਲ ਏ ਦੇਣ ਮੰਤਰੀ ਦੇਣ ਖੁਦ ਮੁੱਖ ਮੰਤਰੀ ਦੇਣ ਹੁਣ ਕਿਉਂ ਨਹੀਂ ਨਸ਼ਾ ਰੁਕਦਾ ਔਰ ਪ੍ਰਾਪਤੀਆਂ ਹੁਣ ਵੀ ਉਹ ਗਣਾਉਂਦੇ ਆ ਕਹਿੰਦੇ ਗੁਜਰਾਤ ਦੇ ਵਿੱਚ ਵੀ ਫੜ ਲਈ ਹੈ ਪੰਜਾਬ ਦੇ ਵਿੱਚ ਵੀ ਹਰੋਇਨ ਵੱਡੇ ਪੱਧਰ ਤੇ ਫੜੀ ਗਈ ਹੈ ਇਸ ਬਾਰੇ ਪ੍ਰੈਸ ਕਾਨਫਰੰਸ ਬਕਾਇਦਾ ਤੌਰ ਤੇ ਪਾਰਟੀ ਵੱਲੋਂ ਵੱਖਰੀ ਹੁੰਦੀ ਹੈ ਸਰਕਾਰੀ ਨੁਮਾਇੰਦਿਆਂ ਵੱਲੋਂ ਵੱਖਰੀ ਹੁੰਦੀ ਹੈ ਗੁਜਰਾਤ ਚ ਨਸ਼ਾ ਫੜਿਆ ਗਿਆ ਜਾਂ ਮਹਾਰਾਸ਼ਟਰ ਦੇ ਵਿੱਚ ਨਸ਼ਾ ਫੜਿਆ ਗਿਆ ਕੀ ਉਹ ਪੰਜਾਬ ਚ ਆ ਰਿਹਾ ਸੀ ਮਸਲਾ ਕਿ ਜਿਹੜਾ ਨਸ਼ਾ ਤੇ ਗੱਲ ਜੇ ਇਸ ਨਸ਼ੇ ਤੇ ਕਾਲੀ ਵੀ ਬਦਨਾਮ ਹੋਏ ਕਾਂਗਰਸ ਵੀ ਬਦਨਾਮ ਹੋਏ ਆਉਣ ਵਾਲੇ ਸਮੇਂ ਚ ਆਮ ਆਦਮੀ ਪਾਰਟੀ ਵਾਲੇ ਵੀ ਬਦਨਾਮ ਹੋਣਗੇ ਉਹ ਨਸ਼ਾ ਕਿੱਥੇ ਬੰਦਾ ਹੈਗਾ ਕਿਉਂਕਿ ਆਪਾਂ ਤੁਹਾਨੂੰ ਜਾਦਾ ਹੀ ਕਿ ਖਬਰ ਕੀਤੀ ਸੀ ਕਿ ਮੁਕਸਰ ਦੇ ਪਿੰਡ ਦੇ ਵਿੱਚ ਉੱਥੇ ਮੁਕਸਰ ਨਸ਼ਾ ਬੰਦਾ ਹੈਗਾ ਨਕਲੀ ਚਿੱਟਾ ਬਣਾਇਆ ਹੈ ਨਕਲੀ ਚਿੱਟਾ ਬੰਦਾ ਉਹ ਨਕਲੀ ਚਿੱਟਾ ਕਿੰਨਿਆਂ ਦੀ ਜਵਾਨੀ ਬਰਬਾਦ ਕਰ ਗਿਆ ਕਿ ਉਸ ਮਸਲੇ ਚ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਸ ਮਸਲੇ ਚ ਰੋਜ਼ ਹੀ ਤੀਜੇ ਕਿ ਦਿਨ ਪੁਲਿਸ ਵਾਲੇ ਜਿਹੜੇ ਉੱਚ ਅਧਿਕਾਰੀ ਪ੍ਰੈਸ ਕਾਨਫਰੰਸ ਕਰਦੇ ਨੇ ਜਾਂ ਮਾਲਵਿੰਦਰ ਸਿੰਘ ਕੰਗ ਕਰਦੇ ਨੇ ਕਦੀ ਉਥੋਂ ਦੇ ਐਸਐਸਪੀ ਕੋਲ ਪੁੱਛਿਆ ਗਿਆ ਕਿ ਕਿੰਨੇ ਬੰਦੇ ਫੜੇ ਗਏ ਨੇ ਠੀਕ ਹੈ ਜੀ ਜੇ ਭਗਵੰਤ ਮਾਨ ਨੇ ਪੁੱਛਿਆ ਗਿਆ ਗੁਜਰਾਤ ਦੇ ਵਿੱਚ ਨਸ਼ਾ ਫੜਿਆ ਗਿਆ ਜਾਂ ਮਹਾਰਾਸ਼ਟਰ ਵਿੱਚ ਫੜਿਆ ਗਿਆ ਇੱਕ ਦੂਜੇ ਨੂੰ ਇਨਫੋਰਮੇਸ਼ਨ ਦਿੰਦੇ ਰਹਿੰਦੇ ਨੇ ਇਨਪੁਟ ਦਿੰਦੇ ਰਹਿੰਦੇ ਹੈਗੇ ਨੇ ਇੱਕ ਸਟੇਟ ਦੂਜੀ ਸਟੇਟ ਨੂੰ ਦਿੰਦੇ ਰਹੇ ਨੇ ਪਰ ਪੰਜਾਬ ਦੀ ਜਿਹੜੀ ਜਵਾਨੀ ਬਰਬਾਦ ਹੋ ਰਹੀ ਉਹਦੇ ਉਹਦੀ ਸਪਸ਼ਟੀਕਰਨ ਕੌਣ ਦੇਗਾ ਉਹਦੇ ਸਪਸ਼ਟੀਕਰਨ ਭਗਵੰਤ ਮਾਨ ਨੂੰ ਦੇਣਾ ਪਏਗਾ ਤੁਸੀਂ ਲੈ ਲਓ ਕਿ ਪਕਵੰਤ ਮਾਨ ਸਾਹਿਬ ਇਹ ਨਹੀਂ ਕਹਿ ਸਕਦੇ ਕਿ 5 ਮਹੀਨੇ ਦੀ ਸਰਕਾਰ ਆਪਾਂ ਕਹਿ ਸਕਦੇ 150 ਦਿਨ ਹੂੰ ਤੇ ਜੇ 150 ਦਿਨ ਨੂੰ ਆਪਾਂ 24 ਘੰਟਿਆਂ ਦੇ ਨਾਲ ਮਲਟੀਪਲਾਈ ਕਰ ਲਈਏ ਹੂੰ ਤਾਂ ਘੱਟੋ ਘੱਟ ਘੱਟੋ ਘੱਟ ਮਿਲਦਾ ਹੈ ਕਿ 4-5000 ਘੰਟੇ ਬਣ ਜਾਂਦੇ ਨੇ ਫਿਰ ਉਹਨੂੰ ਆਪਾਂ ਮਿੰਟਾਂ 'ਚ ਕਰ ਲਈਏ ਕਿੰਨੇ ਮਿੰਟ 60 ਨਾਲ ਫਿਰ ਗੁਣਾ ਕਰ ਲਈਏ ਫਿਰ ਸੈਕਿੰਡ ਨਾਲ ਗੁਣਾ ਕਰ ਲਈਏ ਸਾਡੇ ਕੋਲ ਤਾਂ ਇੰਨਾ ਟਾਈਮ ਅਸੀਂ 5 ਮਹੀਨੇ ਬਰਬਾਦ ਕਰ ਦਿੱਤੇ 5 ਮਹੀਨਿਆਂ 'ਚ ਕਿਉਂ ਨਹੀਂ ਨਸ਼ਾ ਰੁਕਿਆ 5 ਮਹੀਨਿਆਂ 'ਚ ਕਿਉਂ ਨਹੀਂ ਮਾਈਨਿੰਗ ਰੁਕੀ ਹੂੰ ਪੰਜਾਂ ਮਹੀਨਿਆਂ ਦੇ ਵਿੱਚ ਜੋ ਪਹਿਲਾ ਮਾਫੀਆ ਚੱਲਦਾ ਹੁਣ ਵੀ ਚੱਲਦਾ ਮਤਲਬ ਜਿਹੜੇ ਬਦਮਾਸ਼ ਸਨ ਪੰਜਾਬ ਦੇ ਜਿਨ੍ਹਾਂ ਨੇ ਅਕਾਲੀਆਂ ਨਾਲ ਰਲ ਕੇ ਵੀ ਪੈਸੇ ਕਮਾਏ ਕਾਂਗਰਸ ਨਾਲ ਮਿਲ ਕੇ ਵੀ ਪੈਸੇ ਕਮਾਏ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਗਏ ਫਿਰ ਕਿੱਥੇ ਆ ਨਵੀਂ ਸਰਕਾਰ ਆ ਬਦਲਾਅ ਦੀ ਸਰਕਾਰ ਆ ਹੁਣ ਕਿਉਂ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਜਿਹੜਾ ਮਸਲਾ ਨਸ਼ਿਆਂ ਦਾ ਮਸਲਾ ਬਹੁਤ ਸੰਜੀਦਗੀ ਵਾਲਾ ਗੰਭੀਰਤਾ ਵਾਲਾ ਨਾ ਅਕਾਲੀ ਇਸ ਤੇ ਕੰਟਰੋਲ ਕਰ ਪਾਏ ਨਾ ਕੈਪਟਨ ਮਰਿੰਦਰ ਸਿੰਘ ਕੋ ਕੰਟਰੋਲ ਕਰ ਪਿਆ ਨਾ ਚਰਨਜੀਤ ਚੰਨੀ ਤੇ ਨਾ ਭਗਵੰਤ ਮਾਨ ਕੋ ਕੰਟਰੋਲ ਹੋ ਰਿਹਾ ਜੀ ਤੇ ਹੁਣ ਆ ਜਿਹੜਾ ਮਸਲਾ ਨਵਾਂ ਕਿ ਅਦਾਲਤਾਂ ਹੀ ਸੁਣਵਾਈ ਤੋਂ ਭੱਜਣ ਜਾਣ ਤੇ ਫਿਰ ਲੋਕ ਇਨਸਾਫ ਕਿੱਥੋਂ ਲੈਣਗੇ ਤੇ ਮੈਨੂੰ ਲੱਗਦਾ ਕਿ ਇਸ ਮਸਲੇ ਤੇ ਅਦਾਲਤਾਂ ਨੂੰ ਸੀਰੀਅਸ ਹੋਣਾ ਪਏਗਾ ਔਰ ਸਟੇਟ ਗਵਰਨਮੈਂਟ ਨੂੰ ਕਿਉਂਕਿ ਐਡਵੋਕੇਟ ਜਨਰਲ ਨੂੰ ਉੱਥੇ ਲੜਨਾ ਚਾਹੀਦਾ ਕਿ ਸਰ ਇਹ ਪੰਜਾਬ ਦੀ ਜਵਾਨੀ ਬਰਬਾਦ ਹੋਈ ਹੈ ਜੀ ਸਰ ਸੁਣਵਾਈ ਕਰੋ ਇਸ ਤੇ ਕਾਰਵਾਈ ਕਰੋ ਭੱਜੋ ਨਾ ਇਹਨਾਂ ਕੋਗੇ ਅਸੀਂ ਇਸ ਮਸਲੇ ਤੇ ਹਟ ਰਹੇ ਆ ਤੇ ਮੈਨੂੰ ਲੱਗਦਾ ਕਿ ਸਰਕਾਰ ਨੇ ਆਪਣਾ ਜਿਹੜਾ ਪੱਖ ਨਾ ਉਹ ਸਹੀ ਤਰ੍ਹਾਂ ਠੋਸ ਤਰ੍ਹਾਂ ਤਰੀਕੇ ਨਾਲ ਮਜ਼ਬੂਤ ਤਰੀਕੇ ਦੇ ਨਾਲ ਨਹੀਂ ਰੱਖਿਆ